ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦਿਨ ਐਤਵਾਰ 14 ਅਪ੍ਰੈਲ 2024। ਸੋ ਅੱਜ ਆਪਣਾ ਹੈ ਵੀ ਆਪਾਂ 100+ ਦੀ ਰਾਈਡ ਕਰਨੀ ਆ। ਸੋ ਚੱਲਦੇ ਹਾਂ, ਮਿਲਦੇ ਹਾਂ ਤੁਹਾਨੂੰ ਫਿਰ ਅੱਗੇ। ਅਰਾਊਂਡ ਆਪਣੀ 10 ਕਿਲੋਮੀਟਰ ਦੀ ਰਾਈਡ ਕੰਪਲੀਟ ਹੋ ਚੁੱਕੀ ਹੈ। ਅਤੇ ਇਹ ਆਪਣੀ ਲਾਲੋ ਅਤੇ ਹੌਲੀ ਹੌਲੀ ਚੱਲੇ। ਇੱਥੇ ਰੁਕੇ ਯਾਰ, ਇੱਥੇ ਬੜੀ ਸ਼ਾਂਤੀ ਹੈ ਮਨ ਨੂੰ, ਬੜੀ ਬਿਲਕੁਲ ਇਕਾਂਤ ਜਗ੍ਹਾ ਹੈ। ਸੋ ਮੈਂ ਕਿਹਾ ਇੱਕ ਵਿਊ ਤੁਹਾਨੂੰ ਵੀ ਦਿਖਾ ਦਈਏ ਆਪਾਂ। ਬਾਕੀ ਜਿਹੜੇ ਵੀ ਰਾਈਡ ਕਰਦੇ ਆ ਰੋਡ 'ਤੇ, ਆਪਣੀ ਸੇਫਟੀ ਦਾ ਧਿਆਨ ਰੱਖੋ। ਅੱਗੇ ਤੁਹਾਡੇ ਲਾਈਟ ਬਲਿੰਕਰ ਹੈ ਨਾ ਜੀ, ਅੱਧੀ ਪਿੱਛੇ ਰਿਫਲੈਕਟਰ ਤੁਹਾਡੇ, ਔਰ ਸਭ ਤੋਂ ਜ਼ਰੂਰੀ ਜਾਂ ਤਾਂ ਫੁੱਲ ਟਰਬਨ ਹੋਵੇ ਜਾਂ ਫਿਰ ਪ੍ਰੋਪਰ ਹੈਲਮੈਟ ਹੋਵੇ, ਐਟਲੀਸਟ ਤੁਸੀਂ ਆਪਣਾ ਬਚਾਓ ਕਰ ਸਕੋ। ਬਿਕੋਜ਼ ਲੋਕ ਹੁਣ ਵੀ ਅੱਜ ਤਾਈਂ ਵੀ ਸਾਈਕਲ ਵਾਲੇ ਨੂੰ ਕੋਈ ਖਾਸ ਇੰਪੋਰਟੈਂਸ ਦਿੰਦੇ ਨਹੀਂ ਆ ਰੋਡ 'ਤੇ। ਸੋ ਆਪਣੇ ਆਪ ਨੂੰ ਸੇਫ ਰੱਖੋ। ਸੋ ਸਪਰਿੰਗ ਸੀਜ਼ਨ ਦੇ ਨਜ਼ਾਰੇ ਦੇਖ ਲਓ, ਪੀਲੇ ਪੀਲੇ ਫੁੱਲ ਹੈ, ਨਵੇਂ ਨਵੇਂ ਪੱਤੇ, ਬਹੁਤ ਵਧੀਆ ਲੱਗ ਰਿਹਾ ਦੇਖਣ, ਬਹੁਤ ਹੀ ਸੁੰਦਰ। ਇਸ ਵੇਲੇ ਆਪਣੀ ਤਕਰੀਬਨ 21.5 ਦੀ ਐਵਰੇਜ ਸਪੀਡ ਚੱਲੀ ਹੋਈ ਹੈ, ਔਰ ਆਪਾਂ ਸਫ਼ਰ ਕਰ ਰਹੇ ਹਾਂ ਜੀ ਹਰਪਟਪੁਰ ਤੋਂ ਦੇਹਰਾਦੂਨ ਵਾਲੇ ਰੋਡ 'ਤੇ। ਮੈਂ ਰਾਹ 'ਚ ਰੋਕ ਕੇ ਸੋਚਿਆ ਵੀ ਕਿਸ ਸਾਈਡ ਚੱਲੀਏ, ਫਾਈਨਲੀ ਡਿਸਾਈਡ ਕੀਤਾ ਕਿ ਦੇਹਰਾਦੂਨ ਹੋ ਕੇ ਆਉਂਦੇ ਹਾਂ ਅਤੇ ਆਪਣੀ ਰਾਈਡ ਨੂੰ ਕਰੀਏ ਕੰਪਲੀਟ। ਸੋ ਦੇਹਰਾਦੂਨ ਦੀ ਤਿਆਰੀ ਹੈ ਜੀ, ਇਸ ਵੇਲੇ ਲਾਲੋ ਆਪਣੀ ਦੇਹਰਾਦੂਨ ਦਾ ਸਫ਼ਰ ਤੈਅ ਕਰਦੀ ਹੋਈ। ਆਪਾਂ ਪਹੁੰਚ ਗਏ ਜੀ ਪ੍ਰੇਮ ਨਗਰ ਦੇਹਰਾਦੂਨ। ਇੱਥੋਂ ਰਹਿ ਗਿਆ ਜੀ 8 ਕਿਲੋਮੀਟਰ ਔਰ ਪਿਆਸ ਲੱਗ ਗਈ ਹੈ। ਹੁਣ ਇੱਥੇ ਇੱਕ ਨੇੜੇ ਗੁਰਦੁਆਰਾ ਸਾਹਿਬ ਹੈ, ਉੱਥੋਂ ਆਪਾਂ ਪਾਣੀ ਭਰ ਲੈਂਦੇ, ਕਿਉਂਕਿ ਆਪਾਂ ਨੂੰ ਹਾਈਡਰੇਸ਼ਨ ਰੱਖਣਾ ਬਹੁਤ ਜ਼ਰੂਰੀ ਹੈ। ਟਾਈਮ ਟੂ ਟਾਈਮ ਪਾਣੀ ਨਹੀਂ ਪੀਵਾਂਗੇ ਤਾਂ ਫਿਰ ਬੋਡੀ ਐਗਜ਼ੌਸਟ ਹੋ ਜਾਏਗੀ ਬਹੁਤ ਜ਼ਿਆਦਾ। ਗੁਰਦੁਆਰਾ ਸਾਹਿਬ ਸ਼੍ਰੀ ਦਮਦਮਾ ਸਾਹਿਬ ਪਾਤਸ਼ਾਹੀ 10ਵੀਂ ਪ੍ਰੇਮ ਨਗਰ ਦੇਹਰਾਦੂਨ। ਆਪਾਂ ਪਾਣੀ ਵੀ ਲੈ ਲਿਆ, ਪੀ ਵੀ ਲਿਆ ਅਤੇ ਹੁਣ ਆਪਾਂ ਚੱਲੀਏ। ਅੱਜ ਧੁੱਪ ਹੈ ਨਹੀਂ, ਸਭ ਤੋਂ ਵੱਡੀ ਗੱਲ ਇਹ ਹੈ, ਪਲੱਸ ਪੁਆਇੰਟ ਆਪਣਾ ਅੱਜ ਦਾ। ਸੋ ਆਪਣੇ ਚੈਨਲ ਨਾਲ ਜਿੰਨੇ ਵੀ ਜਣੇ ਜੁੜੇ ਹੋਏ ਆ, ਸਾਰੇ ਵੀਰ ਭੈਣਾਂ ਨੂੰ ਅਤੇ ਬੱਚਿਆਂ ਨੂੰ ਇੱਕ ਰਿਕੁਐਸਟ ਹੈ ਵੀ ਯਾਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਜਿਹੜੇ ਮੈਂ ਰਿਵਿਊਜ਼ ਬਣਾਉਂਦਾ, ਅਨਬੋਕਸਿੰਗ ਕਰਦਾ, ਤੁਸੀਂ ਹੋਰ ਕਿਸੇ ਸਾਈਕਲ ਦਾ ਰਿਵਿਊ ਜਾਂ ਅਨਬੋਕਸਿੰਗ ਦੇਖਣਾ ਚਾਹੁੰਦੇ ਹੋ ਆਪਾਂ ਕਰਾਂਗੇ। ਅਤੇ ਇੱਦਾਂ ਦੀ ਰਾਈਡਸ ਕਰਦੇ ਰਹਿੰਦੇ ਹਾਂ, ਅਤੇ ਰਾਈਡ ਲੌਂਗ ਰਾਈਡ ਕਿਵੇਂ ਕਰਨੀ ਕੀ ਕਰਨੀ ਉਹਦਾ ਵੀ ਅਲੱਗ ਤੋਂ ਵਲੌਗ ਬਣਾ ਦੂੰਗਾ ਇੱਕ। ਸੋ ਨਾਲ ਜੁੜੇ ਰਹੋ, ਅਤੇ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਉਹ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ। ਆਪਾਂ ਬਿਲਕੁਲ IMA ਇੰਡੀਅਨ ਮਿਲੀਟਰੀ ਅਕੈਡਮੀ ਦੇਹਰਾਦੂਨ ਦੇ ਨਾਲ ਵਿਚਾਲ ਦੀ ਤੁਰੇ ਜਾ ਰਹੇ। ਪੜ੍ਹੋ ਲਿਖੋ ਅਤੇ ਅਫਸਰ ਬਣੋ, ਚੰਗੇ ਅਫਸਰ ਬਣੋ। ਅਫਸਰ ਤਾਂ ਬਹੁਤ ਬਣਦੇ, ਚੰਗੇ ਥੋੜ੍ਹੇ ਬਹੁਤ ਹੀ ਹੈ। ਸਾਹਮਣੇ ਤੁਸੀਂ ਦੇਖ ਸਕਦੇ ਹੋ ਕਲੋਕ ਟਾਵਰ, ਘੰਟਾ ਘਰ ਦੇਹਰਾਦੂਨ। ਆਪਾਂ ਪਹੁੰਚ ਗਏ ਹਾਂ ਜੀ, ਟਾਈਮ ਤਕਰੀਬਨ 8:02 ਰਹਿ ਗਏ, ਘੜੀ ਪੁਰਾਣੀ ਲੇਕਿਨ ਟਾਈਮ ਬਿਲਕੁਲ ਸਹੀ ਦੱਸ ਰਹੀ ਹੈ।
ਸੋ ਇੱਥੇ ਆਪਾਂ ਪਹੁੰਚ ਗਏ ਹਾਂ ਔਰ ਇੱਥੇ ਤੱਕ ਰਾਊਂਡ ਸਰਕਲ ਲੈ ਲੈਂਦੇ ਆਪਾਂ। ਇਹ ਬੇਸਿਕਲੀ ਆਪਾਂ ਇਹਨੂੰ ਦੇਹਰਾਦੂਨ ਦਾ ਹਾਰਟ ਆਫ ਦੇਹਰਾਦੂਨ ਕਹਿ ਸਕਦੇ। ਬਿਜ਼ੀ ਏਰੀਆ, ਬਹੁਤ ਜ਼ਿਆਦਾ ਰਸ਼ ਏਰੀਆ ਹੈ, ਸਾਰੀ ਮਾਰਕੀਟ ਇਹਦੇ ਇਰਦ ਗਿਰਦ ਹੀ ਹੈ, ਇਹਦੇ ਨੇੜੇ ਤੇੜੇ ਸਾਰੀ। ਪਲਟਨ ਬਾਜ਼ਾਰ ਹੋ ਗਿਆ ਜੀ, ਹੋਰ ਸਾਈਕਲ ਮਾਰਕੀਟ, ਜਿੰਨੀ ਵੀ ਨੇੜੇ ਤੇੜੇ ਦੀ ਮਾਰਕੀਟ ਹੈ, ਆਰਮੀ ਦਾ ਸਮਾਨ ਵੀ ਜਿਹੜੇ ਆਪਾਂ ਨੂੰ ਇਕਵਿਪਮੈਂਟ ਵਗੈਰਾ ਮਿਲਦੇ ਆ, ਇਹਦੇ ਨਾਲ ਨਾਲ ਹੀ ਹੈ ਸਾਰਾ ਕੁਛ। ਸੋ ਇਹ ਹੁਣ ਇਹ ਜਿਹੜਾ ਏਰੀਆ ਹੈ, ਇਹ ਹੈ ਜੀ ਗਾਂਧੀ ਪਾਰਕ ਦੇਹਰਾਦੂਨ। ਇੱਥੇ ਲੋਕ ਬਹੁਤ ਵਾਕ ਵਗੈਰਾ ਕਰਨ ਆਉਂਦੇ ਆ। ਇੱਥੇ ਆਪਾਂ ਬਾਈ ਕੋਲ ਪੀਵਾਂਗੇ ਜੂਸ ਮਸੰਮੀ ਦਾ, ਅਤੇ ਦੂਜਾ ਹੈਗਾ ਇਹ ਬਿੱਲ। ਬਿੱਲ ਦਾ ਜੂਸ ਬਹੁਤ ਵਧੀਆ, ਤਾਕਤ ਵਾਲੀ ਚੀਜ਼ ਹੈ। ਸੋ ਆਪਣਾ ਇੰਟਰਸਟ ਇਹਦੇ 'ਚ ਹੀ ਹੈ, ਇਹ ਹੀ ਪੀਵਾਂਗੇ, ਬਣਾ ਵੀਰੇ ਇੱਕ। ਸੋ ਇੱਥੇ 40 ਰੁਪਏ ਦਾ ਇਹ ਗਲਾਸ ਪੀ ਕੇ ਐਨਰਜੀ ਲੈਂਦੇ ਹਾਂ, ਤਾਂ ਹੀ ਫਿਰ ਹੁਣ ਗੱਲ ਬਣਨੀ ਹੈ, ਕਿਉਂਕਿ ਇਕੱਲੇ ਪਾਣੀ 'ਤੇ ਕੰਮ ਨਹੀਂ ਚੱਲਣਾ। ਔਰ ਇਹ ਆਪਣੀ ਲਾ ਲਓ, ਇਹ ਪਿਆਸੀ ਥਿਆਈ ਖੜੀ ਹੈ। ਸੋ ਆ ਬਾਈ ਕੋਲ ਪੈਸੇ ਘੱਟ ਸੀਗੇ, 10 ਰੁਪਏ ਸੀਗੇ, ਸੋ ਇਹਦੀ ਜ਼ਿੰਮੇਵਾਰੀ ਵੀ ਆਪਾਂ ਚੱਕ ਲਈ ਯਾਰ, ਪਿਆ ਦੇ ਕੋਈ ਚੱਕਰ ਨਹੀਂ, ਜਾਣ ਦੇ ਇੱਕ ਗਲਾਸ ਇਹਦੇ ਨਾਂ ਦਾ ਵੀ, ਇਹ ਕੀ ਯਾਦ ਕਰੂਗਾ। ਠੀਕ ਹੈ ਫਿਰ, ਇੱਥੇ ਇੱਕ ਚੀਜ਼ ਹੋਰ ਦੱਸ ਦੇਵਾਂ, ਦੇਹਰਾਦੂਨ ਸਾਈਕਲਿੰਗ ਦਾ ਗੜ੍ਹ ਹੈ, ਇੱਥੇ ਬਹੁਤ ਜ਼ਿਆਦਾ ਸਾਈਕਲਿਸਟ ਹੈਗੇ ਹੈ। ਔਰ ਮੈਂ ਅੱਜ, ਮੇਰੇ ਗਰੁੱਪ ਦੇ ਕਈ ਜਣੇ ਇੱਥੇ ਰਹਿੰਦੇ ਆ, ਆਪਾਂ ਕਿਸੇ ਨੂੰ ਦੱਸਿਆ ਨਹੀਂ, ਅੱਜ ਨਾਰਾਜ਼ ਜ਼ਰੂਰ ਹੋਣਗੇ ਬਾਅਦ ਦੇ ਵਿੱਚ ਜਦੋਂ ਪਤਾ ਲੱਗੂਗਾ, ਪਰ ਕੋਈ ਗੱਲ ਨਹੀਂ, ਕਿਉਂਕਿ ਛੇਤੀ ਮੁੜਨਾ, ਟਾਈਮ ਘੱਟ ਹੈ। ਸੋ ਇਸ ਕਰਕੇ ਬਾਕੀ ਇੱਥੇ ਨਾ ਹਰ ਤੁਹਾਨੂੰ 100-200 ਮੀਟਰ 'ਤੇ ਰਾਈਡਰਸ ਮਿਲਦੇ ਰਹਿੰਦੇ ਆ, ਬਹੁਤ ਜ਼ਿਆਦਾ ਰਾਈਡਿੰਗ ਹੁੰਦੀ ਹੈ ਇੱਥੇ, ਸਾਈਕਲਿੰਗ ਦਾ ਪਰਫੈਕਟ ਐਟਮੋਸਫੇਅਰ ਹੈ ਦੇਹਰਾਦੂਨ। ਤੁਸੀਂ ਸਾਰੇ ਇਸ ਵੇਲੇ ਮੇਰੇ ਨਾਲ ਘੁੰਮ ਰਹੇ ਹੋ ਜੀ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ 'ਚ। 8 ਵਜੇ ਹੈ, ਦੁਕਾਨਾਂ ਹਜੇ ਸਾਰੀਆਂ ਬੰਦ, ਸ਼ਟਰ ਡਾਊਨ ਹੈ, ਅਤੇ ਫਿਰ ਆਪਾਂ ਹੁਣ ਜਾਈਏ ਅਤੇ ਜਾਈਏ ਕਿੱਥੇ, ਬਸ ਕਿਲੋਮੀਟਰ ਹੀ ਪੂਰੇ ਕਰੀਏ। ਅੱਜ ਦੇਹਰਾਦੂਨ 'ਚ 3-4 ਵਾਰੀ ਕੁੱਤਿਆਂ ਤੋਂ ਬਚ ਲਿਆ, ਜਿਹੜੇ ਆਪਣੇ ਸਟ੍ਰੀਟ ਡੌਗਸ ਹੁੰਦੇ ਆ। ਸਾਈਕਲਿਸਟ ਦੇ ਕੱਪੜੇ ਰੰਗ ਬਿਰੰਗੇ ਹੁੰਦੇ ਆ, ਯੋਕਰਾ ਵਾਲੇ। ਪਹੁੰਚ ਚੱਲੇ ਜੀ ISBT ਇੰਟਰਸਟੇਟ ਬੱਸ ਟਰਮੀਨਲ ਦੇਹਰਾਦੂਨ। ਇੱਥੋਂ ਪਾਉਂਟਾ ਸਾਹਿਬ ਲਈ ਰੋਡ ਇੱਕ ਟਰਨ ਹੋ ਜਾਏਗਾ, ਆਪਾਂ ਉੱਧਰ ਚੱਲ ਜਾਂਗੇ। ਸੋ ਜੇ ਤੁਸੀਂ ਦੇਹਰਾਦੂਨ ਮੇਰੇ ਨਾਲ ਸਾਈਕਲ 'ਤੇ ਦੇਖਣਾ ਚਾਹੁੰਦੇ ਹੋ ਤਾਂ ਪਲੀਜ਼ ਮੈਨੂੰ ਮੈਸੇਜ ਕਰਕੇ ਦੱਸਿਓ, ਆਪਾਂ ਇੱਕ ਜਲਦ ਹੀ ਇੱਕ ਸੈਪਰੇਟ ਜਿਹਾ ਵਲੌਗ ਬਣਾਵਾਂਗੇ, ਟਾਈਮ ਕੱਢ ਕੇ ਆਵਾਂਗੇ ਅਤੇ ਸਾਈਕਲ ਦੇ ਉੱਤੇ ਦੇਹਰਾਦੂਨ ਘੁੰਮਾਂਗੇ। ਤੋ ਛੇਤੀ ਛੇਤੀ ਕਮੈਂਟ ਕਰਕੇ ਦੱਸਿਓ। ਲਓ ਜੀ, ਆਪਾਂ ਦੇਹਰਾਦੂਨ ਤੋਂ ਹੁਣ ਪਾਉਂਟਾ ਸਾਹਿਬ ਰੋਡ 'ਤੇ ਆ ਗਏ, ਭੁੱਖ ਬਹੁਤ ਲੱਗੀ ਹੈ ਅਤੇ ਕੁਛ ਖਾਈਏ। ਇੱਥੇ ਪਹੁੰਚ ਗਏ ਆਪਾਂ ਬੰਕੇ ਬਿਹਾਰੀ ਸਵੀਟ ਸ਼ੌਪ। ਹਾਂਜੀ, ਕੀ ਹਾਲ ਹੈ? ਹੋਰ ਚੀਜ਼ਾਂ ਖਾਣ ਨਾਲੋਂ ਆਪਾਂ ਇੱਕ ਸਮੋਸਾ ਖਾਣਾ ਜ਼ਿਆਦਾ ਪ੍ਰੈਫਰ ਕੀਤਾ। ਦਾ
ਟਾਈਮ ਬਚੇਗਾ, ਦੂਜੇ ਫਰੈਸ਼ ਸੀਗੇ, ਤਾਜ਼ੇ ਸੀਗੇ, ਬਿਲਕੁਲ ਤਾਜ਼ੇ ਸਮੋਸੇ ਆ। ਸੋ ਭੁੱਖ ਵੀ ਲੱਗੀ ਆ। ਲਓ ਜੀ, ਆਪਣੇ ਘਰ ਪਹੁੰਚ ਚੱਲੇ ਹਾਂ ਅਤੇ ਇੱਥੇ ਪਹਿਲਾਂ ਪੀਏ ਜੂਸ, ਕਿਉਂਕਿ ਪਾਣੀ ਪੀ ਪੀ ਰੱਜ ਲਏ ਅਤੇ ਹੁਣ ਮੌਸਮੀ ਦਾ ਜੂਸ ਪੀ ਕੇ ਐਨਰਜੀ ਨੂੰ ਕਰੀਏ ਰਿਕਵਰ, ਔਰ ਉਹ ਤੋਂ ਬਾਅਦ ਗੇਅਰ ਪਾਈਏ ਅਗਲਾ ਆਪਣਾ ਅੱਗੇ ਵੱਲ ਨੂੰ। ਤਕਰੀਬਨ 108 ਕਿਲੋਮੀਟਰ ਦੀ ਰਾਈਡ ਹੋ ਗਈ ਅੱਜ, ਔਰ ਥੋੜ੍ਹੀ ਥਕਾਵਟ ਹੋ ਗਈ ਸੀਗੀ, ਇਸ ਕਰਕੇ ਜੂਸ ਪੀ ਕੇ ਹੁਣ ਥੋੜ੍ਹੀ ਐਨਰਜੀ ਆਈ ਦੁਬਾਰੇ, ਕਿਉਂਕਿ ਅੱਜ ਸੋਲਿਡ ਫੋਰਮ ਕੁਛ ਲਿਆ ਹੀ ਨਹੀਂ, ਲਿਕੁਇਡ। ਹਾਂ, ਇਹ ਮੌਸਮ ਦੇ ਵਿੱਚ ਆਪਣੇ ਆਪ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਹੈ, ਬਾਡੀ ਡੀਹਾਈਡਰੇਟ ਨਾ ਹੋਵੇ, ਇਸ ਕਰਕੇ ਥੋੜ੍ਹੀ ਥੋੜ੍ਹੀ ਦੇਰ ਬਾਅਦ ਲਿਕੁਇਡ ਵਗੈਰਾ ਕੁਛ ਵੀ ਲੈਂਦੇ ਰਹੋ। ਟਾਈਮ 10:30 ਹੋ ਚੱਲੇ ਔਰ ਆਪਾਂ ਪਹੁੰਚ ਗਏ ਹਾਂ ਗੁਰਦੁਆਰਾ ਸਾਹਿਬ ਸ਼੍ਰੀ ਪਾਉਂਟਾ ਸਾਹਿਬ, ਔਰ ਅੱਗੇ ਵੀ ਆਪਾਂ ਇਹੋ ਜਿਹੀ ਰਾਈਡਸ ਕਰਦੇ ਰਹਾਂਗੇ ਅਤੇ ਵਲੋਗ ਰਾਹੀਂ ਤੁਹਾਨੂੰ ਸਾਰਿਆਂ ਨੂੰ ਦੱਸਦੇ ਰਹਾਂਗੇ। ਸੋ ਜੁੜੇ ਰਹੋ, ਪਿਆਰ ਬਣਾਈ ਰੱਖਿਓ, ਸਪੋਰਟ ਕਰਦੇ ਰਹੋ। ਬਾਬਾ ਜੀ ਦਾ ਕਰੀਏ ਸ਼ੁਕਰਾਨਾ, ਕਿਉਂਕਿ ਆਪਾਂ ਅੱਗੇ ਲੈ ਕੇ ਗਏ ਸੀਗੇ ਅਤੇ ਹੁਣ ਸ਼ੁਕਰਾਨਾ ਕਰਨਾ ਹੀ ਬਣਦਾ, ਕਿਉਂਕਿ ਸਫ਼ਰ ਸਫ਼ਰ ਹੀ ਹੁੰਦਾ। 110 ਕਿਲੋਮੀਟਰ ਦੀ ਜਰਨੀ 'ਚ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਈ। ਸੋ ਬਾਬਾ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ, ਔਰ ਹੁਣ ਆਪਾਂ ਚੱਲੀਏ ਜੀ ਘਰ ਨੂੰ, ਲੇਟ ਹੋ ਰਹੇ ਹਾਂ, ਥੱਕ ਵੀ ਗਏ ਥੋੜ੍ਹੇ ਬਹੁਤ। ਆਹ ਮਾਤਾ ਆਪਣੀ ਗੱਡੀ ਦੀ ਸਫਾਈ ਕਰ ਰਹੇ, ਦੇਖੋ ਉਹ ਮੇਰੀ ਵਾਲੀ ਵੀ ਹੈਗੀ ਆ।